ਦੋਸਤੋ, ਕੀ ਤੁਸੀਂ ਜਾਣਦੇ ਹੋ ਭਾਰਤ ਦੀ ਇੱਕ ਮਹਾਰਾਣੀ ਦੇ ਬਾਰੇ ਜਿਸ ਨੂੰ 3000 ਮੁਗਲ ਫੌਜ ਵੀ ਨਹੀਂ ਸੀ ਮਾਰ ਸਕੀ? ਇਤਿਹਾਸ ਵਿੱਚ ਦਰਜ ਹੈ ਕਿ ਮੁਗਲਾਂ ਨੇ ਇੱਕ ਕਰਕੇ ਭਾਰਤ ਦੇ ਸਾਰੇ ਰਾਜਾਂ 'ਤੇ ਕਬਜ਼ਾ ਕਰ ਲਿਆ, ਪਰ ਇਹ ਜਿੱਤ ਉਹਨਾਂ ਨੂੰ ਇੰਨੀ ਆਸਾਨੀ ਨਾਲ ਨਹੀਂ ਮਿਲੀ, ਕਿਉਂਕਿ ਬਹੁਤੇ ਸਾਰੇ ਭਾਰਤੀ ਰਾਜਿਆਂ ਨੇ ਆਪਣੇ ਰਾਜਾਂ ਨੂੰ ਬਚਾਉਣ ਲਈ ਮੁਗਲਾਂ ਨਾਲ ਲੜੇ ਅਤੇ ਉਹਨਾਂ ਨੂੰ ਹਰਾਇਆ। ਪਰ ਇਸ ਜੰਗ ਵਿੱਚ ਇੱਕ ਰਾਣੀ ਦਾ ਨਾਂ ਵੀ ਸ਼ਾਮਲ ਹੈ ਜੋ ਮੁਗਲਾਂ ਨਾਲ ਲੜ ਕੇ ਵੀ ਜਿੱਤੀ ਸੀ। ਇਹ ਰਾਣੀ ਕੋਈ ਹੋਰ ਨਹੀਂ ਸਗੋਂ ਬਹਾਦਰ ਰਾਣੀ ਦੁਰਗਾਵਤੀ ਹੈ, ਜੋ ਕਾਲਿੰਜਰ ਦੇ ਰਾਜਾ ਕੀਰਤੀ ਸਿੰਘ ਚੰਦੇਲ ਦੀ ਇਕਲੌਤੀ ਸੰਤਾਨ ਸੀ। ਰਾਣੀ ਦੁਰਗਾਵਤੀ ਬਹੁਤ ਦਲੇਰ ਸੀ। ਉਸਦਾ ਵਿਆਹ ਗੌਡਵਾਨਾ ਰਿਆਸਤ ਦੇ ਰਾਜਾ ਸੰਗਰਾਮ ਸ਼ਾਹ ਦੇ ਪੁੱਤਰ ਦਲਪਤ ਸ਼ਾਹ ਨਾਲ ਹੋਇਆ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਰਾਣੀ ਦੁਰਗਾਵਤੀ ਦੇ ਪਤੀ ਦੀ ਮੌਤ ਹੋ ਗਈ। ਇਸ ਸਮੇਂ ਉਹਨਾਂ ਦਾ ਪੁੱਤਰ ਸਿਰਫ 5 ਸਾਲ ਦਾ ਸੀ। ਇਸ ਤੋਂ ਬਾਅਦ ਉਸਨੇ 15 ਸਾਲਾਂ ਤੱਕ ਗੌਡਵਾਨਾ ਖੇਤਰ ਨੂੰ ਕੰਟਰੋਲ ਕੀਤਾ, ਉੱਥੇ ਧਾਰਮਿਕ, ਸਮਾਜਿਕ ਅਤੇ ਆਰਥਿਕ ਤਰੱਕੀਆਂ ਕੀਤੀਆਂ। ਇਸ ਦੌਰਾਨ ਰਾਣੀ ਦੀ ਬਹਾਦਰੀ ਦੀਆਂ ਕਹਾਣੀਆਂ ਅਕਬਰ ਦੇ ਕੰਨਾਂ ਤੱਕ ਪਹੁੰਚੇ ਤਾਂ ਅਕਬਰ ਨੇ ਗੌਡਵਾਨਾ ਰਾਜ ਨੂੰ ਜਿੱਤਣ ਦੀ ਯੋਜਨਾ ਬਣਾਈ ਅਤੇ ਰਾਣੀ ਨੂੰ ਆਪਣੇ ਹਰਮ ਵਿੱਚ ਬਿਠਾਇਆ। ਪਰ ਰਾਣੀ ਨੇ ਸਨਮਾਨ ਨਾਲ ਜੰਗ ਵਿੱਚ ਮਰਨਾ ਬਿਹਤਰ ਸਮਝਿਆ ਅਤੇ ਅਕਬਰ ਨਾਲ ਲੜਨ ਦਾ ਫੈਸਲਾ ਕੀਤਾ। ਭਾਵੇਂ ਰਾਣੀ ਕੋਲ ਫੌਜ ਘੱਟ ਸੀ, ਉਸਨੇ ਆਪਣੇ ਸਿਪਾਹੀ ਨਾਲ ਮਿਲ ਕੇ 3000 ਤੋਂ ਵੱਧ ਮੁਗਲ ਸੈਨਿਕਾਂ ਨੂੰ ਮਾਰ ਦਿੱਤਾ। ਰਾਣੀ ਦੁਰਗਾਵਤੀ ਨੇ ਅੰਤ ਤੱਕ ਸਖ਼ਤ ਸੰਘਰਸ਼ ਕੀਤਾ, ਤੀਰ, ਅੱਖਾਂ, ਬਾਹਾਂ, ਮੋਢਿਆਂ, ਇੱਥੋਂ ਤੱਕ ਕਿ ਗਰਦਨ 'ਤੇ ਵੀ ਲੱਗੇ, ਪਰ ਉਸਨੇ ਹਿੰਮਤ ਨਹੀਂ ਹਾਰੀ। ਆਖਿਰਕਾਰ ਜਦੋਂ ਸਭ ਕੁਝ ਤਬਾਹ ਹੁੰਦਾ ਜਾਪਿਆ ਤਾਂ ਉਸਨੇ ਆਪਣਾ ਛੁਰਾ ਆਪਣੇ ਪੇਟ ਵਿੱਚ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ। ਦਿਨ 24 ਜੂਨ 1524 ਸੀ।